ਅਸੀਂ ਆਪਣੇ ਜੀ ਦੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪਿੰਡ ਕਲਾਮ ਤੋਂ ਇਹ ਜਿਹੜੇ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਚੰਡੀਗੜ੍ਹ ਚੌਂਕ ਦੇ ਵਿੱਚ ਜਾਮ ਲਗਾ ਦਿੱਤਾ, ਪੁਲਿਸ ਦੀ ਕਾਰਗੁਜ਼ਾਰੀ ਤੋਂ ਨਾ ਖੁਸ਼ ਨੇ ਸਾਰੇ ਲੋਕ ਕਿ ਉਹਨਾਂ ਦੇ ਪਿੰਡ ਦੇ ਵਿੱਚ ਕੁਛ ਨਸ਼ੇ ਦਾ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਨੇ ਇੱਕ ਪਰਿਵਾਰ ਦੇ ਘਰ ਦੇ ਵਿੱਚ ਦਾਖਲ ਹੋ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਵਿਰੋਧ ਦੇ ਵਿੱਚ ਲੋਕਾਂ ਵੱਲੋਂ ਜਿਹੜਾ ਜਾਮ ਲਗਾ ਦਿੱਤਾ ਗਿਆ ਆ। ਐਸ ਐਚ ਸਾਹਿਬ ਵੱਲੋਂ ਜਿਹੜੇ ਲੋਕ ਹੈਗੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਉਹਨਾਂ ਦੋਸ਼ੀਆਂ ਜਿਹੜੇ ਬਣਦੀਆਂ ਧਰਾਵਾਂ ਲਾ ਕੇ ਉਹਨਾਂ ਨੂੰ ਜਿਹੜਾ ਬਣਦੀ ਕਾਰਵਾਈ ਕੀਤੀ ਜਾਊਗੀ। ਅਜੀਤ ਵੈਬ ਟੀ ਵੀ ਵੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਨਵਾਂਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮਹੇ। ਇਸ ਵੇਲੇ ਅਸੀਂ ਮੌਜੂਦ ਹਾਂ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਂਕ ਜਿੱਥੇ ਪਿੰਡ ਕਲਾਮ ਦੇ ਲੋਕ ਜਿਹੜੇ ਆ ਉਹ ਰਾਤ ਤੋਂ ਲਗਾਤਾਰ ਸੰਘਰਸ਼ ਕਰ ਰਹੇ ਆ। ਹੁਣ ਇਹਨਾਂ ਨੇ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਾ ਖੁਸ਼ ਹੋ ਕੇ ਜਿਹੜਾ ਚੰਡੀਗੜ੍ਹ ਚੌਂਕ ਦੇ ਵਿੱਚ ਜਾਮ ਲਾ ਦਿੱਤਾ। ਦੂਰ ਦੂਰ ਤੱਕ ਜਿਹੜੇ ਆ ਟ੍ਰੈਫਿਕ ਜਾਮ ਹੋ ਗਏ ਆ। ਇਹ ਸਾਡੇ ਨਾਲ ਸਾਥੀ ਜਿਹੜੇ ਪਿੰਡ ਕਲਾਮ ਦੇ ਮੌਜੂਦ ਨੇ ਇਹਨਾਂ ਕੋਲੋਂ ਜਾਣਾਂਗੇ। ਸਰ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈਗਾ ਜੀ ਰੈਂਪੀ ਚੌਧਰੀ, ਪਿੰਡ ਕਲਾਮ ਦਾ ਵਾਸੀ ਹਾਂ ਮੈਂ। ਅਤੇ ਕੀ ਮਾਮਲਾ, ਕਿਉਂ ਤੁਹਾਨੂੰ ਇਹ ਧਰਨਾ ਲਾਉਣ ਦੀ ਲੋੜ ਪਈ? ਸਾਨੂੰ ਧਰਨਾ ਲਾਉਣ ਦਾ ਇਸ ਲਈ ਕਿਉਂਕਿ ਪੁਲਿਸ ਨੂੰ ਸਿਆਸੀ ਸ਼ਹਿ ਇੰਨੀ ਗਾ, ਅੱਜ ਕੱਲ੍ਹ ਸ਼ਰਾਬ ਦੇ ਗੁੰਡਿਆਂ ਦੀ ਗੁੰਡਾਗਰਦੀ ਦੇ ਇੰਨਾ ਕੁ ਉਹਨਾਂ ਦੀ ਸਰਪ੍ਰਸਤੀ ਆ ਕਿ ਪੁਲਿਸ ਇੱਕ ਉਹਨਾਂ ਨੂੰ ਟਸ ਤੋਂ ਮਸ ਨਹੀਂ ਕਰ ਰਹੀ ਉਹਨਾਂ ਗੁੰਡਿਆਂ ਨੂੰ। ਜਰ ਕੇ ਉਹਨਾਂ ਨੇ ਸਾਡੇ ਪਿੰਡ ਆ ਕੇ ਬਾਹਰਲੇ ਇਹ ਨਹੀਂ ਪਤਾ ਸਾਨੂੰ ਹਜੇ ਕਿਹੜੇ ਪਿੰਡ ਦੇ ਆ ਉਹ ਫਗਵਾੜੇ ਲੱਗੇ ਦੇ ਕਿਤੇ ਦੱਸੇ ਜਾ ਰਹੇ ਉਹ ਬੰਦੇ। ਅਤੇ ਉਹਨਾਂ ਸਾਡੇ ਪਿੰਡ ਆ ਕੇ ਤਿੰਨਾਂ ਬੰਦਿਆਂ ਦੇ ਸੱਟਾਂ ਮਾਰੇ, ਇੱਕ ਬੰਦਾ ਸਾਡਾ ਐਡਮਿਟ ਆ। ਰਾਤੀ ਵੀ ਅਸੀਂ 3 ਵਜੇ ਤੱਕ ਇੱਥੇ ਮਤਲਬ ਪ੍ਰੋਟੈਸਟ ਕੀਤਾ ਥਾਣੇ ਸਿਟੀ, ਠੀਕ ਹੈ। ਰਾਤੀ ਵੀ ਸਾਨੂੰ ਉਹਨਾਂ ਨੇ ਕਿਹਾ ਪਰਚਾ ਦਰਜ ਕਰਾਂਗੇ। ਹੁਣ ਮਾਮੂਲੀ ਜਿਹੀ ਧਾਰਾ ਲਾ ਕੇ ਸਿਰਫ ਸਾਨੂੰ ਹੁਣ ਇਹਨਾਂ ਧਾਰਾ ਮਤਲਬ ਆਈ 23 ਲਾਤੀ ਜੀ, ਠੀਕ ਹੈ ਜੀ। 23 ਲਾਤੀ, ਦੋ ਤਿੰਨ ਧਾਰਾ ਛੋਟੀ ਛੋਟੀਆਂ ਲਾਤੀਆਂ, ਠੀਕ ਹੈ। ਅਸੀਂ ਹੁਣ ਉਹਨਾਂ ਘਰੋਂ ਅੰਦਰੋਂ ਅੰਦਰ ਵੜ ਕੇ ਉਹਨਾਂ ਨੇ ਕੁੱਟਿਆ, ਘਰ ਦੇ ਅੰਦਰ ਬੜੇ ਕੁੱਟਿਆ ਉਹਦੀ ਧਾਰਾ ਲਾਉਣ। ਕਿਹੜੇ ਬੰਦੇ ਦੇ ਸੱਟਾਂ ਲੱਗੀਆਂ? ਹਰਬੰਸਲਾਲ ਦੇ ਸੱਟ ਲੱਗੀ ਜੀ, ਸਾਹਿਲ ਦੇ ਲੱਗੀ ਅਤੇ ਬਲਬੀਰ ਚੰਦ ਦੇ। ਹਾਂਜੀ, ਇੱਕ ਬੰਦਾ ਸਾਡਾ ਜਿਹੜਾ ਹਰਬੰਸਲਾਲ ਉਹ ਇਸ ਟਾਈਮ ਮਤਲਬ ਹੋਸਪਿਟਲ 'ਚ ਐਡਮਿਟ ਆ। ਮਤਲਬ ਘਰ 'ਚ ਦਾਖਲ ਹੋ ਕੇ ਹਮਲਾ ਕਾਤਲਾਨਾ ਹਮਲਾ ਕੀਤਾ ਗਿਆ ਜਾਂ ਡੰਡਿਆਂ ਸੋਟਿਆਂ ਦੇ ਨਾਲ? ਨਹੀਂ, ਇੱਕ ਬੰਦੇ ਕੋਲ ਕਿਰਪਾਨ ਸੀ, ਬਾਕੀ ਦੋ ਕੋਲ ਡੰਡੇ, ਇੱਕ ਕੋਲ ਡੰਡਾ ਸੋਟਾ ਸੀ, ਬਾਕੀ ਉਹਨਾਂ ਕੋਲ ਕਿਸੇ ਨੇ ਇੱਟ ਰੋਡ ਚੱਕਿਆ, ਕਿਸੇ ਨੇ ਕੋਈ ਹੋਰ ਲਲਕਾਰੇ ਮਾਰਦੇ ਗਏ। ਠੀਕ ਹੈ, ਮਤਲਬ ਉਹਨਾਂ ਦੇ ਸੱਟਾਂ ਕਿੰਨੀਆਂ ਕੁ ਜਿਹੜੀਆਂ ਹੈਗੀਆਂ? ਸਿਰ ਦੇ ਸੱਟ ਲੱਗੀ ਉਹ ਦੋ ਜਗ੍ਹਾ ਤੇ। ਹਾਂਜੀ ਹਾਂਜੀ, ਉਹਨਾਂ ਸਵੇਰੇ ਜਿਵੇਂ ਤੋਂ ਮੈਂ ਸਵੇਰ ਰਾਤੀ ਉਹਨਾਂ ਨੂੰ ਮਿਲ ਕੇ ਆਇਆ ਸੀ, ਮੈਂ ਸਵੇਰ ਦਾ ਮਿਲ ਵੀ ਹੋਇਆ, ਸਵੇਰ ਦੇ ਇੱਥੇ ਥਾਣੇ ਹੀ ਅਸੀਂ। ਅੱਜ ਸਵੇਰ ਦੇ ਮਤਲਬ 9 ਵਜੇ ਦੇ ਆਏ ਹੋ ਆ, ਆਹ ਟਾਈਮ ਦੇਖ ਲਓ ਤੁਸੀਂ ਕੀ ਹੋ ਗਿਆ। ਹਜੇ ਤੱਕ ਸਾਨੂੰ ਪਹਿਲੇ ਤਾਂ ਅੰਦਰ ਹੀ ਨਹੀਂ ਜਾਣ ਦਿੱਤਾ ਜਾਂਦਾ। ਐਸ ਐਚ ਉਹਨਾਂ ਨੂੰ ਮਿਲਦੇ ਹੋ, ਕਹਿੰਦੇ ਕੋਈ ਨਹੀਂ ਮੈਨੂੰ ਪਤਾ ਆ, ਮੈਂ ਤੁਹਾਨੂੰ ਬਹੁਤ, ਮੇਰੀ ਉਮਰ ਬਹੁਤ ਹੋ ਗਈ, ਮੈਂ ਆਹ ਹੋ ਗਿਆ। ਠੀਕ ਹੈ, ਤੁਹਾਡੀ ਉਮਰ ਹੋ ਗਈ? ਐਸ ਐਚ ਸਾਹਿਬ ਕਹਿੰਦੇ ਠੀਕ ਆ, ਸਤਿਕਾਰਯੋਗ ਸਾਡੇ, ਸਾਡੀ ਸਿਟੀ ਨਵਾਂ ਸ਼ਹਿਰ ਦੇ ਮਾਲਕ ਆ ਉਹ, ਠੀਕ ਆ। ਉਮਰ ਤੁਹਾਡੀ ਜ਼ਿਆਦਾ, ਪਰ ਜੋ ਅਸੀਂ ਰਿਕੁਐਸਟ ਆ ਸਾਡੀ, ਜੋ ਸੱਚ ਦਾ ਸੱਚ, ਝੂਠ ਦਾ ਝੂਠ ਕੱਢੋ। ਅਸੀਂ ਅਸੀਂ ਮੰਗੇ ਉਹਨਾਂ ਤੋਂ 307 ਦੇ ਮਤਲਬ ਜੋ ਮਤਲਬ ਮਤਲਬ ਜਾਨੋ ਮਾਰਨ ਦੀ ਕੋਸ਼ਿਸ਼ ਉਹਨਾਂ ਕੀਤੀ ਉਹਦੀ ਧਾਰਾ ਲੱਗੇ, ਅਤੇ ਘਰ ਪਰ ਜਿਹੜਾ ਆ ਕੇ ਘਰ ਹਮਲਾ ਕੀਤਾ ਉਹਦੀ ਧਾਰਾ ਲੱਗੇ। ਸਾਡੀ ਇਹੀ ਸਾਡੇ ਨਾਲ ਆ ਗਏ ਨੇ ਐਸ ਐਚ ਓ ਸਾਹਿਬ ਸਰਦਾਰ ਬਖਸ਼ੀਸ਼ ਸਿੰਘ ਜੀ, ਇਹਨਾਂ ਕੋਲੋਂ ਜਾਣਾਂਗੇ। ਸਰ ਕੀ ਮਾਮਲਾ, ਇਹਨਾਂ ਨੂੰ ਕਿਉਂ ਜਿਹੜਾ ਧਰਨਾ ਲਾਉਣ ਦੀ ਲੋੜ ਪਈ? ਇਹਨਾਂ ਦੇ ਕੋਈ ਗੱਲ ਨਹੀਂ, ਹੁਣ ਇਹਨਾਂ ਦੱਸਿਆ ਆਣ ਕੇ ਵੀ ਸਾਡੇ ਘਰ ਆਏ ਸੀਗੇ ਰਾਤੀ, ਜੋ ਇਹਨਾਂ ਨੇ ਬਿਆਨ ਦਿੱਤਾ ਵਾ ਉਹਦੇ ਮੁਤਾਬਕ ਅਸੀਂ ਮੁਕਦਮਾ ਦਰਜ ਕਰਤਾ। ਕਿਹੜੀ ਕਿਹੜੀ ਧਾਰਾ ਲਗਾਈ ਗਈ ਸਰ? ਰਾਤ 341, 323, 506, 148, 149 IPC ਦੇ ਵਿੱਚ। ਸਰ ਇਹ ਕਹਿ ਰਹੇ ਵੀ ਜਿਹੜੇ ਘਰ 'ਤੇ ਆ ਕੇ ਹਮਲਾ ਕੀਤਾ ਉਹ 452 ਦੀ ਮੰਗ ਕਰੀ? ਇਹਨਾਂ ਨੇ ਕੋਈ ਬਿਆਨ ਦੇ ਵਿੱਚ ਨਹੀਂ ਸੀ ਕੀਤਾ, ਹੁਣ ਇਹਨੇ ਫਰਦਰ ਇੰਪਰੂਵਡ ਕਰਾਇਆ ਹੈਗਾ, ਉਹਦੇ ਮੁਤਾਬਕ ਅਸੀਂ ਮੌਕਾ ਵੇਖ ਕੇ ਜੋ ਕਾਰਵਾਈ ਬਣਦੀ ਉਹ ਕਰ ਦੇਣ ਲੱਗੇ ਹਾਂ, ਠੀਕ ਹੈ। ਹਾਂਜੀ, ਇਹਨੂੰ ਪੁੱਛਣਾ ਉਹ ਆਹ ਪਠਾਨ ਹੀ ਦਾ। ਅਸੀਂ ਆਪਣੇ ਸਾਥੀਆਂ ਨੂੰ ਦੱਸਣਾ ਚਾਹੁੰਦੇ ਹਾਂ, ਇਹ ਸਨ ਐਸ ਐਚ ਓ ਬਖਸ਼ੀਸ਼ ਸਿੰਘ ਜੀ ਅਤੇ ਪਿੰਡ ਵਾਸੀ ਜਿਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਦੱਸਿਆ। ਔਰ ਰਾਤ ਜਿਹੜਾ ਆ 3 ਵਜੇ ਤੱਕ ਲਗਾਤਾਰ ਲੋਕਾਂ ਨੇ ਦੱਸਿਆ ਵੀ ਸੰਘਰਸ਼ ਕਰਦੇ ਆ ਰਹੇ ਹਾਂ, ਔਰ ਕਿਸੇ ਨੇ ਸੁਣਵਾਈ ਨਹੀਂ ਕੀਤੀ। ਰਾਜਨੀਤਿਕ ਸ਼ਹਿ ਦੱਸੀ ਜਾ ਰਹੀ ਆ, ਸ਼ਰਾਬ ਦੇ ਜਿਹੜੇ ਕਰਿੰਦੇ ਆ ਉਹਨਾਂ ਵੱਲੋਂ ਉਹ ਪਿੰਡ 'ਚ ਜਾ ਕੇ ਹਮਲਾ ਕੀਤਾ ਗਿਆ। ਹੁਣ ਵੇਖਾਂਗੇ ਆਉਣ ਵਾਲਾ ਸਮਾਂ ਕਿਹੋ ਜਿਹਾ ਹੈਗਾ, ਕੀ ਹਾਲਾਤ ਬਣਦੇ ਆ, ਪੁਲਿਸ ਕੀ ਕਾਰਵਾਈ ਕਰਦੀ ਆ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਲੋਕਾਂ ਨੂੰ ਪੁਲਿਸ ਵੱਲੋਂ ਸਹਿਮਤੀ ਦਿੱਤੀ ਗਈ ਆ ਕਿ ਦੋਸ਼ੀਆਂ ਨੂੰ ਜਿਹੜਾ ਬਣਦੀਆਂ ਧਰਾਵਾਂ ਲਾ ਕੇ ਗ੍ਰਿਫਤਾਰ ਕੀਤਾ ਜਾਊਗਾ। ਐਸ ਐਚ ਸਾਹਿਬ ਨੇ ਇਹਨਾਂ ਜਾ ਰਹੇ ਆ ਥਾਣੇ ਵੱਲ, ਇਹਨਾਂ ਨੇ ਭਰੋਸਾ ਦਿੱਤਾ ਅਤੇ ਹੁਣ ਲੋਕਾਂ ਵੱਲੋਂ ਜਾਮ ਜਿਹੜਾ ਆ ਉਹ ਖੋਲ੍ਹ ਦਿੱਤਾ ਗਿਆ ਹੈ। ਅਤੇ ਸ਼ਾਮ ਤੱਕ ਸਮਾਂ ਦੱਸੇਗਾ ਕਿ
ਉਹ ਜਿਹੜੇ ਲੋਕ ਰਾਜਨੀਤਿਕ ਸ਼ਹਿ ਜਿਹਨਾਂ ਨੂੰ ਪ੍ਰਾਪਤ ਹੈ ਕੀ ਉਹਨਾਂ 'ਤੇ ਉੱਤੇ ਲੋਕਾਂ ਦੀ ਮੰਗ ਅਨੁਸਾਰ ਬਣਦੀਆਂ ਧਰਾਵਾਂ ਲੱਗਦੀਆਂ ਜਾਂ ਨਹੀਂ ਲੱਗਦੀਆਂ ਇਹ ਆਉਣ ਵਾਲਾ ਸ਼ਾਮ ਤੱਕ ਦਾ ਸਮਾਂ ਦੱਸੇਗਾ। ਅਤੇ ਲੋਕਾਂ ਵੱਲੋਂ ਜਾਮ ਜਿਹੜਾ ਉਹ ਹੁਣ ਖੋਲ੍ਹ ਦਿੱਤਾ ਗਿਆ ਆ ਅਤੇ ਅੱਜ ਲਈ ਸਿਰਫ ਇੰਨਾ ਹੀ। ਹੁਣ ਮੈਨੂੰ ਨਵਾਂਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮਹੇ ਨੂੰ ਦਿਓ ਇਜਾਜ਼ਤ। ਨਵੀਆਂ ਅਤੇ ਤਾਜ਼ਾ ਖਬਰਾਂ ਲੈ ਕੇ ਫਿਰ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਅਜੀਤ ਦੇ ਸਮੂਹ ਪਾਠਕਾਂ ਨੂੰ ਅਤੇ ਅਜੀਤ ਵੈਬ ਟੀਵੀ ਦੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਓਫੀਸ਼ੀਅਲ ਪੇਜ ਡੇਲੀ ਅਜੀਤ ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਓਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਓਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।